ਡਾਰਲਿੰਗ ਜਿਹੜੇ ਐਡਲਿਬਸ ਨੇ ਨਾ ਤੂੰ ਆਪਣੀ ਜ਼ਿੰਦਗੀ 'ਚ ਕਦੇ ਭੁੱਲ ਕੇ ਵੀ ਨਹੀਂ ਕਰ ਸਕਦਾ, ਤੈਨੂੰ ਵੀ ਪਤਾ ਮੈਂ ਕਿਹਨੂੰ ਕਹਿ ਰਿਹਾ, ਸਮਝ ਮੈਂ ਸ਼ਟ ਅਪ ਮੈਨ ਯੋ ਦਿਸ ਸੌਂਗ ਇਜ਼ ਫॉर ਆਲ ਦ ਲੇਡੀਜ਼। ਪੀਪੀ ਆ ਗਈ, ਗਾ ਪੈ ਰਿਹਾ, ਮਿਰਚ ਵੀ ਲੜ ਰਹੀ ਹੈ ਸਾਰੇ ਪਾਸੇ, ਸਵਾਦ ਆ ਰਿਹਾ ਪੂਰਾ। ਮੈਂ ਰਿਐਕਸ਼ਨ ਵੀਡੀਓਜ਼ ਦੇਖ ਰਿਹਾ ਸੀ ਅੱਜ, ਮੈਨੂੰ ਬਹੁਤ ਵਧੀਆ ਲੱਗਿਆ ਜਿਹੜੇ ਆਪਣੇ ਭਰਾ ਨੇ, ਬਹੁਤ ਵਧੀਆ ਲਿਸਨਰਸ ਹੋ ਚੁੱਕੇ ਆ ਅੱਜ ਕੱਲ੍ਹ। ਮੈਂ ਜਿਹੜੀ ਚੀਜ਼ ਉਤਾਰ ਕੀਤੀ ਹੈ, ਲੋਕ ਕਈ ਲੋਕਾਂ ਨੂੰ ਪਤਾ ਲੱਗ ਰਿਹਾ ਵੀ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਮਤਲਬ IP ਤੇ ਅਸੀਂ ਬਹੁਤ ਮਿਹਨਤ ਕੀਤੀ ਸੀ, ਤੇ ਮਤਲਬ ਇਹ 'ਚ ਕੋਈ ਇੱਦਾਂ ਨਹੀਂ ਹੈਗਾ ਵੀ ਕੋਈ ਵਿਊਜ਼ ਜਾਂ ਕੋਈ ਇੱਦਾਂ ਦਾ, ਆਪਾਂ ਨੂੰ ਕੋਈ ਇੱਦਾਂ ਦਾ ਚੱਕਰ ਨਹੀਂ। ਇਸ ਟੂ ਸ਼ੋਅ ਐਵਰੀਬਡੀ ਵੀ ਪੰਜਾਬੀ ਮਿਊਜ਼ਿਕ ਨਾਲ ਆਪਾਂ ਕੀ ਕੁਛ ਕਰ ਸਕਦੇ ਹਾਂ, ਜਿੱਦਾਂ ਕ੍ਰੀਏਟਿਵਿਟੀ ਕੀ ਨਵਾਂ ਕੀ ਲੈ ਕੇ ਆ ਰਹੇ ਹੋ ਤੁਸੀਂ। ਮੇਰਾ ਸਾਰੇ ਆਪਣੇ ਜਿਹੜੇ ਭਰਾ ਆਰਟਿਸਟ ਨੇ ਉਹਨਾਂ ਨੂੰ ਵੀ ਇਹੀ ਸਵਾਲ ਹੁੰਦਾ ਵੀ ਨਵਾਂ ਕੀ ਚੱਲ ਰਿਹਾ ਬਾਈ, ਤੇ ਜਿਵੇਂ IP ਸਾਰਾ ਕੁਛ।